ਬੋਲਦਾ ਮਾਂਡਰ ਹਾਂਜੀ ਮੈਂ ਲਾਰਸ ਬਿਸ਼ਨੋਈ ਗਰੁੱਪ ਚੋਂ ਬੋਲਦਾ ਦੱਸੋ ਭਾਜੀ ਮਹਾਰਾਜ ਤੁਸੀਂ ਕੀ ਲਿਖ ਲਿਖ ਪਾਈ ਜਾਂਦੇ ਆ ਕਦੇ ਏਦਾਂ ਕਰ ਦਾਂਗੇ ਜੀ ਦੀਪ ਸਿੱਧੂ ਦੀਆਂ ਫੋਟੋਆਂ ਫੜਵਾ ਦਾਂਗੇ ਹਿਮਾਚਲ ਦੇ ਵਿੱਚ ਅਸੀਂ ਜਵਾਨੇ ਪੂਰੇ ਪੰਜਾਬ ਚ ਦੀਪ ਸਿੱਧੂ ਦੀਆਂ ਫੋਟੋਆਂ ਤੁਸੀਂ ਪੜਵਾ ਲਿਓ ਜੀ ਹਿੰਮਤ ਹੋਈ ਤਾਂ ਲੁਧਿਆਣੇ ਚ ਲਾ ਕੇ ਜਾਵਾਂਗੇ ਨਹੀਂ ਨਹੀਂ ਗੈਂਗਸਟਰਾਂ ਦੀਪ ਸਿੱਧੂ ਦਾ ਕੀ ਮਤਲਬ ਹੋਇਆ ਗੈਂਗਸਟਰ ਹੀ ਮੈਂ ਬੋਲਦਾ ਗਰੁੱਪ ਚੋਂ ਚੋਂ ਸਾਬੀ ਮੇਰਾ ਨਾਂ ਹੈ ਮੀਰਪੁਰ ਜੱਟਾਂ ਪਿੰਡ ਆ ਮੇਰਾ ਨਵਾਂ ਸ਼ਹਿਰ ਡਿਸਟ੍ਰਿਕਟ ਜਿਹੜਾ ਆ ਨਹੀਂ ਤਾਂ ਦੀਪ ਸਿੱਧੂ ਦਾ ਕੀ ਪ੍ਰੇਮ ਹੋਇਆ ਦੀਪ ਸਿੱਧੂ ਸਾਡਾ ਭਰਾ ਸੀ ਉਹ ਸਾਡੀ ਕੌਮ ਨੇ ਬਹੁਤ ਕੁਝ ਕਰ ਗਿਆ ਉਹ ਨਹੀਂ ਕੁਝ ਵੀ ਨਹੀਂ ਸਿੱਧਾ ਉਹ ਐਕਸੀਡੈਂਟ 'ਚ ਮੌਤ ਹੋਈ ਆ ਵੀ ਐਕਸੀਡੈਂਟ 'ਚ ਮੌਤ ਨਹੀਂ ਹੋਈ ਉਹਨੂੰ ਮਾਰਿਆ ਗਿਆ ਆ ਨਹੀਂ 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 ਭਾਜੀ ਤੁਹਾਡਾ ਵਹਿਮ ਆ ਇਹ ਤੁਹਾਡਾ ਵਹਿਮ ਨਹੀਂ ਤੁਸੀਂ ਇਹ ਮੇਰਾ ਵੀਰ ਗਲਤ ਪ੍ਰਚਾਰ ਨਾ ਕਰ ਤੂੰ ਦੀਪ ਸਿੱਧੂ ਬਾਰੇ ਨਹੀਂ ਨਹੀਂ ਭਾਜੀ ਦੀਪ ਸਿੱਧੂ ਦਾ ਕੀ ਮਤਲਬ ਸੀ ਯਾਰ ਦੀਪ ਸਿੱਧੂ ਜੋ ਕੌਮ ਲਈ ਕਰ ਗਿਆ ਉਹ ਕੋਈ ਨਹੀਂ ਕਰ ਸਕਦਾ ਨਹੀਂ ਨਹੀਂ ਭਾਜੀ ਇਹ ਤੁਹਾਡਾ ਰੌਂਗ ਸੋਚਣੀ ਹੈ ਇਹ ਰੌਂਗ ਸੋਚਣੀ ਨਹੀਂ ਮੰਡ ਸਾਹਿਬ ਠੀਕ ਆ ਫਿਰ ਤੁਸੀਂ ਘਰ ਬੈਠ ਕੇ ਲਾਈਵ ਹੋ ਜਾਂਦੇ ਆ ਬਾਹਰ ਆਉਂਦੇ ਨਹੀਂ ਫਿਰ ਤੁਸੀਂ ਨਹੀਂ ਨਹੀਂ ਭਾਜੀ ਅਸੀਂ ਬਾਹਰ ਵੀ ਜ਼ਿੰਦਗੀ ਜੀ ਰਹੇ ਆ ਨਾ ਅਸੀਂ ਆਰਾਮ ਨਾਲ ਜੀ ਰਹੇ ਆ ਕਿਸੇ ਨੂੰ ਕੋਈ ਕਹਿੰਦਾ ਨਹੀਂ ਆਰਾਮ ਨਾਲ ਜੀਓ ਤੇ ਆਰਾਮ ਨਾਲ ਜੀਓ ਤੇ ਮੈਂ ਹੋਰ ਕਿਸੇ ਬਾਰੇ ਨਹੀਂ ਬੋਲਦਾ ਤੇ ਦੀਪ ਸਿੱਧੂ ਬਾਰੇ ਤੁਸੀਂ ਮਾੜਾ ਨਹੀਂ ਬੋਲਣਾ ਨਹੀਂ 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 ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਇਹ ਦੀਪ ਸਿੱਧੂ ਬਾਰੇ ਤੁਸੀਂ ਮਾੜਾ ਬੋਲਿਆ ਫਿਰ ਆਪਣੇ ਤੋਂ ਕੋਈ ਲਿਹਾਜ਼ ਕੋਈ ਨਹੀਂ ਤੁਹਾਡੇ ਵਾਸਤੇ ਦੀਪ ਸਿੱਧੂ ਦਾ ਇਸਤਰੀ ਦੇ ਨਾਲ ਸੀ ਮੇਰੀ ਉਹ ਛੋਟੋ ਜੋ ਮਰਜ਼ੀ ਹੋ ਰਹੀ ਲੱਗ ਰਹੀ ਲਾਈਫ ਸੀ ਉਹ ਰਹੀ ਲਾਈਫ ਸੀ ਲਾਈਫ ਵਿੱਚ ਉਹ ਕੁਝ ਵੀ ਹੋ ਸਕਦਾ ਉਹ ਲੱਗ ਰਹੀ ਲਾਈਫ ਛੱਡ ਕੇ ਪੰਜਾਬ ਦੇ ਲਈ ਇੰਨਾ ਕੁਝ ਕਰ ਗਿਆ ਜਿਹੜੀਆਂ ਗੱਲਾਂ ਕਰਦੇ ਹੋ ਉਹ ਨਾ ਕਰੋ ਨਾ ਕਰੋ ਤੇ ਉਹ ਨਹੀਂ ਮੈਂ ਗੱਲ ਕਰਦਾ ਇਹ ਵੈਸੇ ਇਹ ਗੱਲ ਕਰਦਾ ਵੀ ਦੀਪ ਸਿੱਧੂ ਬਾਰੇ ਵੀ ਤੁਸੀਂ ਨਾ ਬੋਲੋ ਨਹੀਂ 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 ਜੋ ਸੱਚਾਈ ਹੁੰਦੀ ਹੈ ਜੀ ਕੌਮੀ ਹੋ ਰਿਹਾ ਹੈ ਉਹ ਨਹੀਂ ਨਹੀਂ ਇਹ ਐਕਸੀਡੈਂਟ ਤੇ ਮਾਰਿਆ ਨਹੀਂ ਗਿਆ ਮਰਵਾਇਆ ਗਿਆ ਹੈ ਕੁਦਰਤੀ ਐਕਸੀਡੈਂਟ ਸੀ ਭਾਜੀ ਕੁਦਰਤੀ ਐਕਸੀਡੈਂਟ ਨਹੀਂ ਹੈ ਤੁਸੀਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਤੁਸੀਂ ਦੀਪ ਸਿੱਧੂ ਬਾਰੇ ਨਾ ਬੋਲੋ ਬਸ ਨਹੀਂ 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 ਦੀਪ ਸਿੱਧੂ ਦਾ ਜੋ ਸੀਗਾ ਤੁਹਾਨੂੰ ਪਤਾ ਹੀ ਹੈ ਤੁਸੀਂ ਦੀਪ ਬਾਰੇ ਤੁਸੀਂ ਬੋਲੋਗੇ ਤੇ ਆਪਣੇ ਤੋਂ ਬੁਰਾ ਕੋਈ ਨਹੀਂਗਾ ਮੰਡ ਭਾਜੀ ਜੋ ਤੁਸੀਂ ਕਰਨਾ ਕਰ ਲਓ ਯਾਰ ਗੱਲ ਖਤਮ ਯਾਰ ਤੁਸੀਂ ਫਿਰ ਆਪਣੇ ਘਰ ਲੁਕ ਜਾਂਦੇ ਆ ਨਹੀਂ ਅਸੀਂ ਕਿਤੇ ਨਹੀਂ ਲੁਕਦੇ ਅਸੀਂ ਹਰ ਜਗ੍ਹਾ ਘੁੰਮਦੇ ਆ ਮੈਨੂੰ ਪਤਾ ਨਹੀਂ ਲੁਧਿਆਣੇ ਤੈਨੂੰ ਕਚਹਿਰੀ ਚ ਲੜਾਇਆ ਤੂੰ ਮੈਂ ਦੇਖੀਆਂ ਤੇਰੀਆਂ ਵੀਡੀਓ ਤੂੰ ਲੋਕ ਲੋਕੇ ਬਾਜ ਗਿਆ ਦਰਾਂ ਦੇ ਉਹਨਾਂ ਕਿਹਾ ਹੁੰਦਾ ਪੱਕ ਦੋਣ ਅੱਜ ਤੋਂ ਬਾਅਦ ਇਹ ਵਿਚਾਰ ਕਰ ਲੈ ਤੂੰ ਦੀਪ ਸਿੱਧੂ ਬਾਰੇ ਨਹੀਂ ਬੋਲਣਾ ਉਹ ਭਾਜੀ ਦੀਪ ਸਿੱਧੂ ਇੱਕ ਬੋਲਿਆ ਪੇ ਤਾਂ ਦੱਸਦੇ ਆ ਪੱਕ ਕਰਿਆ ਤੂੰ ਕਹਿੰਦਾ ਨਾ ਹਿਮਾਚਲ ਸਰਕਾਰ ਦਾ ਹਿਮਾਚਲ ਦੀ ਸੀਐਮ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਦੀਪ ਸਿੱਧੂ ਦੇ ਝੰਡੇ ਲਾਏ ਮੋਟਰਸਾਈਕਲਾਂ ਤੋਂ ਮੈਂ ਜਾਊਂਗਾ ਗੱਡੀ ਚਲਾ ਕੇ ਜਾਂ ਸੀਐਮ ਨੂੰ ਕਹਿ ਲਾ ਲਈ ਭੁਲੇਖਾ ਤੂੰ ਬਾਹਰ ਤਾਂ ਨਿਕਲ ਤਾਰੀ ਕਚਹਿਰੀ ਕੁੱਟ ਤੇਰੇ ਅੰਨੀ ਭੱਜੀ ਭੱਜੀ ਗਾਰਦ ਜਦ ਸਾਡੇ ਨਿਹੰਗ ਸਿੰਘ ਤੈਨੂੰ ਪੈ ਗਏ ਸੀ ਨਾ ਤੇਰੀ ਗਾਰਦ ਦੀ ਲੁਕਦੀ ਸਰਦੀ ਸੀ ਨਾਲੇ ਤੂੰ ਲੁਕਦਾ ਗਾਰਦ ਤੇ ਗਾਰਦ ਤੇ ਹੁਣ ਤੂੰ ਐ ਨਹੀਂ ਬਾਹਰ ਨਾ ਕਰੀ ਜਾਂਦਾ ਵੇ ਪਤਾ